ਅੱਛਾ ਵੀ ਸ਼ਾਮ ਦਾ ਟਾਈਮ ਹੋ ਗਿਆ ਕੱਲ੍ਹ ਮੈਂ ਔਰ ਬੇਚੂ ਦੇ ਵਾਪਸੀ ਦੇ ਖਜੂਰਾਂ ਲੈ ਕੇ ਆਇਆ ਸੀ ਦੋ ਤਰ੍ਹਾਂ ਦੀਆਂ ਮੈਂ ਬੇਚੂ ਨੇ ਕਿਤੇ ਲਈਆਂ ਸੀ ਬਾਈ ਕਹਿ ਰਿਹਾ ਸੀ ਇੱਕ ਬਿਨਾ ਨਾ ਕੁਟਲੀ ਮਤਲਬ ਬਿਨਾ ਗਿਟਕ ਤੋਂ ਖਜੂਰ ਆ ਉਹ ਵੀ ਲੈ ਕੇ ਆਇਆ ਫਿਰ ਜਿਹੜੀ ਬਲੈਕ ਬਲੈਕ ਆ ਉਹ ਗਿਟਕਾਂ ਵਾਲੀਆਂ ਨਹੀਂ ਉਹ ਆ ਗਿਆ ਨਾ ਯੈਲੋ ਯੈਲੋ ਉਹ ਆ ਗਿਆ ਬਿਨਾ ਖਜੀ ਗਿਟਕ ਤੋਂ ਚੈੱਕ ਕਰ ਲਿਓ ਕਿ ਜ਼ਿਆਦਾ ਪਸੰਦ ਹੋਈ ਬਾਅਦ ਕੱਲ੍ਹ ਨੂੰ ਜਾਣਾ ਤਰ੍ਹਾਂ ਲੈ ਕੇ ਆਉਂਦੇ ਨਾਲ ਦੀਆਂ ਅੰਮੀ ਜੀ ਨੂੰ ਚੈੱਕ ਕਰੋ ਸਭੀ ਦੋ ਅੰਮੀ ਅਮੋਈ ਦੋ ਹਿੱਬਾ ਨੂੰ ਦੋ ਫਿਆਜ਼ ਭਾਈ ਨੂੰ ਬੱਜੀ ਨੂੰ ਬੱਚਿਆਂ ਨੂੰ ਆਪ ਖਾ ਮੇਲਾ ਹੀ ਸਭੀ ਰੱਖੇ ਦੋ ਅੱਛਾ ਬੱਚਿਆਂ ਨੇ ਉਠਾ ਵੀ ਲੈਣਾ ਬੱਚਿਆਂ ਨੂੰ ਗੁੱਸਾ ਆ ਗਿਆ ਤਾਂ ਬੱਚਿਆਂ ਦੀ ਹੁਣ ਇੱਕ ਗੱਲ ਹੋ ਜਾਣੀ ਇਹ ਕਲਾ ਲੈਣਾ ਕਬੀਰ ਸਿੰਘ ਕਿੱਧਰ ਗਿਆ ਆ ਮਾਸ਼ਾਅੱਲਾ 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 ਮੇਰਾ ਪੁੱਤ ਬਹਿਣ ਜੋਗਾ ਹੋ ਗਿਆ ਅੱਲਾ ਲੰਮੀ ਜ਼ਿੰਦਗੀ ਦੇ ਲਾਂਸੀ ਬੱਚੇ ਕਰੇ ਅੱਲਾ ਵੀ ਅੱਲਾ ਵੀ ਇਹਨੂੰ ਆਪਣੀ ਗੋਦੀ ਕਰਕੇ ਬਿਠਾਇਓ ਗੋਦੀ ਮਰੇ ਟੋਕਰੀ ਲੈਣੀ ਹੈ ਇਹ ਹਾਂ ਫਿਰ ਵੀ ਐਵੇਂ ਨਹੀਂ ਇਹ ਪਿੱਛੇ ਬੱਚਾ ਡਿੱਗ ਗਿਆ ਸਾਡ ਲੱਗ ਜਾਂਦੇ ਆਪਣੀ ਗੋਦੀ ਕਰਕੇ ਬਿਠਾਓ ਗੋਦੀ ਵਿੱਚ ਨਹੀਂ ਭਾਬੀ ਐਵੇਂ ਨਹੀਂ ਆਪਣੇ ਇੱਥੇ ਹਾਂ ਇਸ ਜਗ੍ਹਾ ਤੇ ਹਾਂ ਇੱਥੇ ਇਟਲਾ ਹਾਂ ਉਹ ਲੋ ਜੀ ਫਿਰ ਇਹ ਬਾ ਕਬੀਰ ਸਿੰਘ ਨੂੰ ਬੁਲਾ ਕੇ ਲੈ ਕੇ ਬਾਹਰੋਂ ਬਾਈ ਕਬੀਰ ਕਬੀਰ ਨੂੰ ਬਾਈ ਜਵੇਦ ਖਜੂਰਾਂ ਖਾ ਲਓ ਆ ਕੇ ਆ ਜਾਓ ਅਰਾ ਚੈੱਕ ਕਰੋ ਇਹਦਾ ਬਿਨਾ ਖਜੂਰ ਸੀ ਉਹ ਤੋਂ ਗਿਟਕੀ ਤੋਂ ਗਿਟਕ ਤੋਂ ਬਿਨਾ ਗੁਟਲੀ ਤੋਂ ਖਜੂਰ ਉਹ ਬਿਹਤਰ ਹੈ ਦੂਸਰੀ ਬਿਹਤਰ ਮੈਂ ਭਾਈ ਜੀ ਨੇ ਕਿਹਾ ਭਾਈ ਜੀ ਕਹਿੰਦਾ ਉਹਦਾ ਬਿਹਤਰ ਆ ਇਹ 50 ਰੁਪਏ ਦਾ ਫਰਕ ਕਿਲੋ ਦਾ ਯਾਰ ਮੈਂ 50 ਰੁਪਏ ਦਾ ਕੀ ਫਰਕ ਹੋਇਆ ਜਦੋਂ ਲੈਣੀ ਹੋਵੇ ਚੀਜ਼ ਖਜੂਰ ਵਾਲੀ ਜਿਹੜੀ ਗਿਟਕ ਤੋਂ ਬਿਨਾ ਇਹ 50 ਰੁਪਏ ਮਹਿੰਗੀ ਆ ਇਹ 50 ਰੁਪਏ ਮਹਿੰਗੀ ਭਾਈ ਜਿਹਨੇ ਗਿਟ ਖਾਣੀ ਹੈ ਇਹ ਚ ਗਿਟ ਖਾਣੀ ਗਿਟਕ ਤੋਂ ਬਿਨਾ ਆ ਹੁਣ ਮੈਂ ਤੁਹਾਨੂੰ ਦੱਸਿਆ ਸੀ ਗੋਆ ਗੁਟਲੀ ਤੋਂ ਬਿਨਾ ਹੈ ਇਹ ਭਾਜੂ ਦੇ ਨਾਲ ਲੈ ਕੇ ਅਸੀਂ ਇਹ ਬਿਨਾਂ ਅੱਧਾ ਮੈਂ ਅੱਧੀਆਂ ਉਹ ਲਈਆਂ ਅੱਧੀਆਂ ਲੋ ਲਈਆਂ ਮੈਂ ਕਿਹਾ ਜਿਹੜਾ ਜ਼ਿਆਦਾ ਮਜ਼ੇਦਾਰ ਹੋਏ ਨਾ ਕੱਲ੍ਹ ਆਉਣੇ ਆ ਪਰਸੋਂ ਫਿਰ ਉਹਦੇ ਨਾਲ ਲੱਗ ਜਾਊਂਗਾ ਨਹੀਂ ਗਿਟਕ ਲਈ 50 ਰੁਪਏ ਸਸਤੀ ਆ ਨਹੀਂ 250 ਰੁਪਏ ਮਿਲੀ ਹੈ 200 ਰੁਪਏ ਮਿਲੀ ਹੈ ਨਹੀਂ 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 ਜੀ ਨਹੀਂ ਜੀ ਕੀ ਨਹੀਂ ਭੇਜ ਵੇਦ 200 ਦਾ ਕੱਟੇ 250 ਦਾ ਕੱਟੇ ਮੈਂ ਲਈ ਜੂਆ ਫਿਰ ਜਾਵਾਂਗੇ ਬੈਠ ਮੈਂ ਕੋਣ ਕੱਢਿਆ ਨਹੀਂ 250 ਲਿਆ ਦਾ ਮੈਨੂੰ ਦੇ ਉਹ ਗਿਟਕ ਵਾਲੀ ਦੇ ਮੇਰੇ ਕੋ ਨਹੀਂ ਜਨਾਬ ਇਹ ਮੈਂ ਵੀ ਲਈ ਸੀ ਇੱਕ ਉੱਥੇ ਹੋਰ ਆਂਟੀ ਆਈ ਸੀ ਉਹਨੇ ਵੀ ਲਈ ਸੀ 250 ਲੱਗਾ ਸੀ ਉਹ 200 ਸੀ ਤੁਹਾਨੂੰ ਮਕਾ ਤੁਹਾਡੇ ਕੋਲ ਮਕਾ ਸਾਹਿਬ ਨੂੰ ਲੱਗ ਗਿਆ ਕੱਟਣੇ 'ਚ ਅਤੇ ਉਹ ਇੱਕ ਹੋਰ ਮਾਈ ਆਈ ਸੀ ਨਾ ਉੱਥੇ ਆਂਟੀ ਉਹਨੇ ਉੱਕ ਵੀ 250 ਲਿਆ ਸੀ ਮੈਂ ਦੋਨਾਂ ਦੇ ਉਹਦਾ ਲਿਆ 200 ਇਹਦਾ ਉਹਦੇ 250 ਹਿਸਾਬ ਨਾਲ ਲਾਇਆ ਦੋਨੇ ਹੀ ਬਿਹਤਰ ਖਾਣੇ ਵਾਸਤੇ ਦੋਨੇ ਨਹੀਂ ਮਾੜੀਆਂ ਜਾਨਵਰ ਬੰਨੋ ਹੈ ਪੱਠੇ ਪੁੱਠੇ ਪਾਈਏ ਮੇਰਾ ਪੁੱਤਰ ਅੰਮੀ ਜੀ ਮੇਰੇ ਵਾਸਤੇ ਵੀ ਥੋੜ੍ਹੀ ਰੱਖ ਲਈ ਛਾਪਰ 'ਚ ਹੀ ਸਾਰਿਆਂ ਨੂੰ ਤਕਸੀਮ ਕਰਦੇ ਮੇਰੇ ਛਾਪਰ 'ਚ ਰੱਖ ਲਈ ਇਹਨਾਂ ਅਖੀਰ 'ਤੇ ਮੇਰੇ ਵਾਸਤੇ ਛੋਟੇ ਛੋਟੇ ਖਜੂਰਾ ਵਾਜਣ ਹੋਰ ਖਾ ਲਓ ਅੰਮੀ ਇਹਨੂੰ ਵੀ ਖਿਲਾਓ ਨਾ ਭਾਬੀ ਨਹੀਂ ਖਾਂਦੀ ਇਹ ਅਮੇਮਾ ਬੇਟੀਆਂ ਨੂੰ ਅਮੇਮਾ ਭਾਈ ਜਵੇਦ ਅਮੇਮਾ ਮੇਰੀ ਬੇਟੀ ਆ ਭਾਈਚਾਰਾ ਨਾਲ ਲੜਾਈ ਹੋਈ ਸਾਡੀ ਅਮੇਮਾ ਮੇਰੀ ਧੀ ਬਣ ਗਈ ਹੁਣ ਭਾਈਚਾਰਾ ਦੀ ਹੈ ਹੀ ਨਹੀਂ ਹੈਗੀ ਹਾਂਜੀ ਲੜਾਈ ਹੋ ਪਈ ਆ ਲੜਾਈ ਹੋ ਪਈ ਅਮੇਮਾ ਮੇਰੀ ਧੀ ਬਣ ਗਈ ਪੱਕੀ ਪੱਕੀ ਇਹ ਸਿਰਫ ਖੇਲਦੀ ਹੈ ਤੇ ਖਾਂਦੀ ਨਹੀਂ ਹੈਗੀ ਇਸ ਤਰ੍ਹਾਂ ਹੁਣ ਮੇਰਾ ਪੋਤਾ ਕਿਵੇਂ ਦਿਲ ਕਰਦਾ ਹੈ ਇਹ ਪੈਂਚਰ ਹੋਇਆ ਰਾਹ ਚ ਇਹ ਪੈਂਚਰ ਹੋਇਆ ਰਾਹ ਚ ਮੈਂ ਲਿਆ ਪੁੱਤ ਮੈਂ ਲਿਆ ਦੇਖ ਲਿਆ ਇਹ ਮੇਰੀ ਬੀਬੀ ਧੀ ਮੈਨੂੰ ਚੀਜ਼ ਦੇ ਦਿੰਦੀ ਮੈਂ ਉਸ ਨੂੰ ਦੇਣਾ ਦੇਵੇ ਆਹ ਲੋ ਜੀ ਗੁਟਲੀ ਮੂੰਹ ਪਹਿਲਾਂ ਗੁੱਟੀ ਚੱਕਣ ਲੱਗੀ ਆ ਕਬੀਰ ਸਿੰਘ ਸੈਕਲੀ ਚਲਾਉਣੀ ਹੁੰਦੀ ਉਹਨੇ ਹੁਣ ਸੈਕਲੀ ਨੀ ਚੱਲਦੀ ਨਾ ਕਿਤਰਾ ਕਰ ਲੈਂਦੀ
ਗੇਸ ਦਾਦੀ ਅਬੂ ਇਸ ਦੀ ਕਾਲ ਆਈ ਸੀ ਉਹ ਕਹਿ ਰਿਹਾ ਸੀ ਕਿ ਮੇਰੀ ਨਾਇਆ ਨਾਲ ਗੱਲ ਕਰਾਓ ਹਾਂ ਹੀਰਾ ਨਾਲ ਗੱਲ ਕਰਾਓ ਹਾਂਜੀ ਮੈਂ ਕਿਹਾ ਗੂਗਲ ਤੇ ਹੀ ਬਥੇਰਾ ਲੈਂਦੀ ਹੈ अच्छा भी तकरीबन टाइम साढ़े छे दो उचला है तो शाम के टाइम कुछ बाजरा वढ़ लिया कुछ सुबह वढ़ा गए तो काम वजह टक माड़ा सीधा वढ़िया मैं सुबह ना धुप हो जाने चंगा टक पे वढ़ा गए शामी पट्टे कुछ असले वे कुछ सुबह जाना अल्लाह खैर करे मैं भेजिए भाभी जी ना शहर उन्होंने कुछ समान लेना है आप गिफ्ट लैके देना है शहर तो वह लैके देंगे तो नाल कोई उन्होंने काम है एक दो महीने भी काम ना चलो मैं भी अपने भी कर लाँगा नाल ना उन्होंने पूरा लै देंगा भाई इन्होंने मैं तो फिर कुछ चले जाए भाई कहने तू नाल लग जाना भाभी जी अम्मी यार बाजी बच्चे पानी लैके आ रहे हैं तो मैं हम घर जाके जरा पानी पिला नाल धारा निकालना है तो फिर बाद मुर्गे फड़ा माशाल्लाह फिर जो ना बाजरा बीजा जबरदस्त माशाल्लाह जरा दूसरा पहला से बाजरा बीजे से माशाल्लाह छिट्टे दे आके अल्लाह खैर करे और एक महीने बाद तकरीबन पक जाएगा तो फिर छिट्टे तार के रख लेंगे दूसरे पट्ठे जरा पावे माशाल्लाह किनुआ देखो दे भाई लगाए हुए जबरदस्त किनू लगे माशाल्लाह पानी लिया मेरा बेटा जबरदस्त अच्छा भी माल अपने जानवर ने मैं इधर बनया मैं जल जी खोली तो मिस्त्री भाई लगे से उन्होंने मसला बांधे तक मैं इधर बांध दिए तीन गाइया भाई जी बड़ी खुली बड़े बच्चे उन्होंने बांध दी दो बच्चिया छोटिया बच्चिया ने बांध दी पट्ठे को सामने रखे हुए हैं तो नाल माशाल्लाह मिस्त्री एक दवार जी ना हवेली की समझ लो कि महाराज की कंप्लीट कर गए दूसरी रह गए दूसरी चार बार रह गए ये सारी बंद रखाई है तो इधर हवा दी कसी वास्ते वो सामने मूँह आ जाएंगे इधर सराख चढ़ाए मिस्त्रियों भैया को ताकि जानवर बैठने भी सराख लगे जानवर बैठने भी ताकि हवा लगती रहे तो इधर सामने जोड़े नाल मकान जाएगा ये मकान बंद बना के सिर्फ एक जगह का दरवाज़ा रखा ताकि जोड़े ना जानवर सर्दी जो ज़्यादा सर्दी होंगी कमरे च बंदा जानवर बंद दिता या छोड़ दिता या तो दिखाया इस साइड पर आ जाएगा नाल टोके वाला मकान जिथे टोका पाया उस साइड पर मूँह टोकता जगह चेंज मुर्गे साइड से जाना पट्ठे खराब कर अच्छा भी पहला सलाह बनाया कि इस जगह तो दरवाजा छुड़ावे सेंटर चो खुली और द्वार दो लेकिन हूँ सलाह चेंज कर ली है थोड़ा थोड़े इस तरह द्वार खुली तो उपरों आके इस तक आएगी जिसे चक चार पाई पई तकरीबन इस तो अगर दरवाजा छुड़ावे तो इतने टोके वाला मकान आ जाएगा वो जानवर बाहर निकालने वास्ते और सफाई वास्ते एक दरवाजा रखा हम तो इधर टोका भी आ जाएगा 14x14 का आ जाएगा क्योंकि वो 14x14 का कमरा आ गया वो नाल ही बराबर टोका आ जाएगा तो ये छत बराबर चले जाएगी लेकिन दीवारें भी आ रह जानी पहले तो बराबर करके इस दीवार के बराबर ठीक हो गया अमी जी ये दीवार से रोक दी थी हूँ बड़ी नहीं क्योंकि फुट फुट भर्ती पै जानी अगे ना उत्थे भी अम्मी मूँह रखना छोड़ मैं कहते रख लीए हूँ तोड़ बंद आएगा उधरों मूँह भी रखना से सराख छड़ा जिस तरह और कहना सराख नहीं चढ़े पिछली दोनों च उस तरह सराख छड़ा अगली कान जो उतो खुले परली साइड तो भी खुले जगह तो नहीं छड़ावे खुले अगली जगह तो फिर इतने ना सराख छड़ा के ना अगे इतने दरवाजा आ जाएगा जैसे समेर नहीं खलोता बल्कि चार पाई पई है इतने दरवाजा आ जाएगा क्योंकि फिर कहना 14x14 का मकान है ना फिर कहना फिर ये मत्थे 14x14 का रखिए बधाइए ना टोकिया 14x14 का कर लीए फिर 14x14 का आएगा ना बराबर आ जाएगा तो फिर एको दरवाजा छोड़ा इतों पट्ठे पाने वास्ते भी डंगर बाहर कड़ने कुड़ने वास्ते भी तो मसल सफाई करने वास्ते भी हाँ जी हाँ जी लाला जी और मेरा लाता सेंटर देने दा सेंटर चाहिए ना जानवर अपनी मर्जी ना खुले सेंटर च हो जाएगा लेकिन यार इतने दरवाजा लखावा ना फिर मसला जंगला दरवाजा ना
ਉਹਨਾਂ ਦਾ ਮਸਲਾ ਬਣਨਾ ਮੈਂ ਕਹਿੰਦਾ ਇੱਕੋ ਹੀ ਰੋਹਾਂ ਵਾ बराबर खुलेगा एन बराबर खुलेगा बंद हो जाएगा रात वास्ते दिन वास्ते दरवाजा बंद हो जाए करेगा एक दरवाजा दो काम देंगे ठीक नहीं अम्मी जी ओ पुत्त समीर बंद करी रोटी रोटी बंद कर दो बाहर पानी को डोल कड़ा बच्चे डोलता है।